ಬಾಪ್ ಅಥ ಭೇಟಿಯಾದ ರೂಪಾಗ್ದೆ ನಾಮತೆ ಆಮೆನ್. ಅವಸಿ ಪ್ರಾರ್ಥನಾ ಕರಿಯ ಏ ಸರ್ವಶಕ್ತಿಮಾನ್ ಪಿತಾ ಪರಮೇಶ್ವರ್, ಈ ಸಮಯ ಅಸಿ ಖುದಾದ ವಚನ್ ಸುನನ್ ದೇ ಲೈ ಇಕಟ್ಟೆ ಹೋಯೇ ಹಾ. ಇಸ್ ವಚನ ದೇ ರಾಹೀ, ಇಸ್ ಪ್ರಚಾರ ದೇ ರಾಹೀ ಏ ಪ್ರಭು ಸಾಡೇ ನಾಲ್ ಗಲ್ಲಾಂ ಕರ್ ಅದೇ ಸಾಡೀ ಜ಼ಿಂದಗೀ ನೂ ನವಾ ಬಣಾ ದೇ. ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੇਨ. ਸਾਰਿਆਂ ਨੂੰ ਜੈ ਸੁਖੀ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਜਦੋਂ ਵੀ ਮੈਂ ਪ੍ਰਾਰਥਨਾ ਭਵਨ ਟੀਵੀ ਚੈਨਲ ਦਾ ਕੈਮਰਾ ਦੇ ਸਾਹਮਣੇ ਖੜ੍ਹੇ ਹੁੰਦਾ ਹਾਂ, ਮੈਂ ਆਪਣਾ ਮਨ ਵਿੱਚ ਤੁਹਾਨੂੰ ਸਾਰਿਆਂ ਨੂੰ ਵੇਖਣ ਦਾ ਕੋਸ਼ਿਸ਼ ਕਰਦਾ ਹਾਂ. ਤੁਸੀਂ ਆਪਣਾ ਘਰ ਬੈਠੇ ਹੋ, ਕੁਰਸੀ 'ਤੇ ਬੈਠੇ ਹੋਣਗੇ, ਜਾਂ ਬਿਸਤਰੇ 'ਤੇ ਪਏ ਹੋਣਗੇ, ਜਾਂ ਸੋਫਾ ਸੈੱਟ 'ਤੇ ਬੈਠੇ ਹੋਣਗੇ, ਜਾਂ ਥੱਲੇ ਬੈਠੇ ਹੋਣਗੇ. ਕਿਤੇ ਨਾ ਕਿਤੇ ਤੁਸੀਂ ਬੈਠ ਕਰ ਟੀ ਵੀ ਵੱਲ ਇਸ ਵਕਤ ਦੇਖਦੇ ਹੋ, ਤੁਸੀਂ ਮੈਨੂੰ ਦੇਖਦੇ ਹੋ, ਤਾਂ ਮੈਂ ਸੋਚਦਾ ਹਾਂ ਕਿ ਮੈਂ ਤੁਹਾਨੂੰ ਵੀ ਦੇਖਦਾ ਹਾਂ. ਅਤੇ ਪ੍ਰਾਰਥਨਾ ਦੇ ਵਿੱਚ ਮੈਂ ਪ੍ਰਭੂ ਨੂੰ ਇਹ ਪੁੱਛਦਾ ਹਾਂ ਕਿ ਪ੍ਰਭੂ, ਇਸ ਪ੍ਰਾਰਥਨਾ ਭਵਨ ਟੀ ਵੀ ਚੈਨਲ ਦੇ ਦੁਆਰਾ ਲੋਕ ਤੇਰਾ ਸੰਦੇਸ਼ ਸੁਣਨ ਦੇ ਲਈ ਬੈਠੇ, ਦੱਸੋ ਹੁਣ ਮੈਂ ਉਹਨਾਂ ਦੇ ਲਈ ਕੀ ਸੰਦੇਸ਼ ਦੇਵਾਂ. ਉਸ ਦੇ ਨਾਲ ਜੋ ਵੀ ਮੇਰੇ ਮਨ ਦੇ ਵਿੱਚ ਪ੍ਰਭੂ ਮੈਨੂੰ ਇਸ਼ਾਰਾ ਦਿੰਦਾ, ਉਸਦੇ ਮੁਤਾਬਕ ਮੈਂ ਤੁਹਾਨੂੰ ਖੁਦਾ ਦੇ ਸੰਦੇਸ਼ ਦੇਣ ਦਾ ਕੋਸ਼ਿਸ਼ ਕਰਦਾ ਹਾਂ. ਸੋ ਇਸ ਲਈ ਸਭ ਤੋਂ ਪਹਿਲੀ ਗੱਲ ਅੱਜ ਮੈਂ ਹਮੇਸ਼ਾ ਦੇ ਲਈ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵੀ ਤੁਸੀਂ ਮੇਰਾ ਪ੍ਰਚਾਰ ਸੁਣਨ ਦੇ ਲਈ ਬੈਠੇ ਹੋ, ਉਸ ਵਕਤ ਇਹ ਨਹੀਂ ਸੋਚਣਾ ਕਿ ਬਿਸ਼ਪ ਫ੍ਰੈਂਕੋ ਅੱਜ ਸਾਨੂੰ ਕੀ ਦੱਸਣ ਲੱਗੇ, ਇਹ ਬਿਲਕੁਲ ਨਹੀਂ ਸੋਚਣਾ, ਬਲਕਿ ਇਹ ਸੋਚਣਾ ਅੱਜ ਪ੍ਰਭੂ ਤੁਹਾਨੂੰ ਕੀ ਸੰਦੇਸ਼ ਦੇਣ ਲੱਗਾ ਹੈ, ਉਹ ਸੰਦੇਸ਼ ਨੂੰ ਸਵੀਕਾਰ ਕਰੋ, ਫਿਰ ਤੁਹਾਨੂੰ ਫਾਇਦਾ ਹੈ. ਸੋ ਇਸ ਲਈ ਘੱਟ ਤੋਂ ਘੱਟ ਮੇਰੇ ਬਾਰੇ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਪ੍ਰਭੂ ਦੇ ਕੋਲੋਂ ਸੰਦੇਸ਼ ਮੰਗ ਕਰ ਤੁਹਾਨੂੰ ਦਿੰਦਾ ਹਾਂ. ਇਸ ਲਈ ਮੇਰਾ ਪ੍ਰਚਾਰ ਕਿਤੇ ਵੀ ਹੋਵੇ, ਸਿੱਧਾ ਪ੍ਰਸਾਰਣ ਹੋਵੇ ਜਾਂ ਇਸੇ ਤਰ੍ਹਾਂ ਦਾ ਟੀ ਵੀ ਦੇ ਰਾਹੀਂ ਹੋਵੇ, ਜਾਂ ਕੋਈ ਚਰਚ ਦੇ ਵਿੱਚ ਹੋਵੇ, ਬਾਈਬਲ ਕਨਵੈਨਸ਼ਨ ਦੇ ਵਿੱਚ ਹੋਵੇ, ਜਾਂ ਜਾਗਰਣ ਦੇ ਵਿੱਚ ਹੋਵੇ, ਕਿੱਥੇ ਵੀ ਤੁਸੀਂ ਸੁਣੋਗੇ, ਉਸ ਵਕਤ ਇਹ ਯਾਦ ਰੱਖਣਾ ਕਿ ਉਹ ਖੁਦਾ ਦਾ ਸੰਦੇਸ਼ ਹੈ ਤੁਹਾਡੇ ਲਈ. ਅੱਜ ਤੁਹਾਡੇ ਲਈ ਕੀ ਸੰਦੇਸ਼ ਹੈ? ਤੁਹਾਡਾ 24 ਘੰਟੇ ਹੈਗਾ, ਸਵੇਰ ਤੋਂ ਉੱਠ ਕਰ ਸ਼ਾਮ ਨੂੰ ਤੁਸੀਂ ਸੋ ਜਾਣ ਤੱਕ ਸਾਡੇ ਲਈ ਪੂਰਾ ਇੱਕ ਦਿਨ 24 ਘੰਟੇ ਹੈਗਾ. ਇਹ 24 ਘੰਟੇ ਦੇ ਵਿੱਚ ਕਿੰਨੇ ਸਮਾਂ ਅਸੀਂ ਆਪਣੇ ਸਰੀਰ ਦੇ ਲੋੜਾਂ ਦੇ ਲਈ ਇਸਤੇਮਾਲ ਕਰਦੇ ਹਾਂ, ਜਾਂ ਆਪਣੀ ਆਤਮਾ ਦੀ ਲੋੜਾਂ ਦੇ ਲਈ, ਜ਼ਰੂਰਤਾਂ ਦੇ ਲਈ ਕਿਤਨੇ ਸਮਾਂ ਆਪਾਂ ਰੱਖਦੇ ਹਾਂ? ਇਹ ਤੁਹਾਡਾ ਸੋਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡਾ ਬੈਲੈਂਸ ਤਾਂ ਰੱਖਣਾ ਹੈ ਨਾ. ਸਾਨੂੰ ਪਤਾ ਹੈ ਅਸੀਂ ਇਕੱਲੇ ਸਰੀਰ ਨਹੀਂ ਹੈ, ਅਸੀਂ ਇਕੱਲੇ ਆਤਮਾ ਨਹੀਂ ਹੈ, ਅਸੀਂ ਆਤਮਾ ਅਤੇ ਸਰੀਰ ਇਕੱਠੇ. ਜਿੰਨਾ ਚਿਰ ਆਤਮਾ ਸਰੀਰ ਦੇ ਵਿੱਚ ਵਸੇਗਾ, ਉਨਾ ਚਿਰ ਅਸੀਂ ਜਿੰਦੇ ਹਾਂ. ਜਦੋਂ ਆਤਮਾ ਸਰੀਰ ਨੂੰ ਛੱਡ ਕੇ ਚਲੇ ਜਾਣਗੇ, ਆਪਾਂ ਮਰ ਗਏ, ਤਾਂ ਦੁਬਾਰਾ ਇਹ ਵਾਪਸ ਆਤਮਾ ਸਰੀਰ ਦੇ ਵਿੱਚ ਨਹੀਂ ਆਏਗਾ. ਅਸੀਂ ਮੁਰਦਿਆਂ ਵਿੱਚੋਂ ਫਿਰ ਜੀ ਉੱਠ ਕਰ ਖੁਦਾ ਦੇ ਸੁਰਗ ਰਾਜ ਵਿੱਚ ਪਹੁੰਚਾਂਗੇ. ਮੈਜਗੋਰੀਏ ਦੇ ਵਿੱਚ ਜਿਹੜੇ 5 ਬੱਚੇ ਜਿਨ੍ਹਾਂ ਨੂੰ ਮਾਂ ਮਰੀਮ ਸੁਰਗ ਦਾ ਦ੍ਰਿਸ਼ ਦਿਖਾਇਆ ਜਾਂ ਸੁਰਗ ਵਿੱਚ ਲੈ ਗਿਆ, ਉਹਨਾਂ ਦਾ ਕਹਿਣਾ ਹੈ ਕਿ ਸੁਰਗ ਰਾਜ ਦੇ ਵਿੱਚ ਸਾਰੇ ਬਰਾਬਰ ਹੈ, ਸਾਰਿਆਂ ਦਾ ਰੰਗ ਬਰਾਬਰ ਹੈ. ਇਸ ਲਈ ਕੋਈ ਇਹ ਨਾ ਸੋਚੋ ਮੈਂ ਕਾਲਾ ਹਾਂ, ਮੈਂ ਗੋਰਾ ਹੈ, ਜਾਂ ਮੈਂ ਬੀਚ ਮੈਂ, ਇਸ ਤਰ੍ਹਾਂ ਨਾ ਸੋਚੋ. ਹਰ ਇੱਕ ਦਾ ਰੰਗ ਬਰਾਬਰ ਹੈ, ਹਰ ਇੱਕ ਦਾ ਸਾਈਜ਼ ਵੀ ਬਰਾਬਰ ਹੈ, ਕੋਈ ਵੀ ਉੱਚਾ ਨਹੀਂ ਹੈ ਜਾਂ ਛੋਟਾ ਹੈ, ਸਾਰਿਆਂ ਦਾ ਹਾਈਟ ਵੀ ਲੰਬਾਈ ਬਰਾਬਰ ਹੋਗਾ. ਅਤੇ ਮੋਟਾਪਨ ਇਹ ਵੀ ਨਾ ਸੋਚੋ ਕੋਈ ਬਹੁਤ ਜ਼ਿਆਦਾ ਮੋਟਾ, ਕੋਈ ਪਤਲਾ, ਇਹ ਵੀ ਨਹੀਂ ਹੈ. ਮੁਰਦਿਆਂ ਵਿੱਚ ਜਦੋਂ ਅਸੀਂ ਜੀ ਉਠਾਂਗੇ, ਸਾਡੇ ਸਾਰਿਆਂ ਦਾ ਮੋਟਾਪਨ ਵੀ ਬਰਾਬਰ ਹੋਗਾ, ਸਾਰੇ ਇੱਕ ਹੀ ਸਾਈਜ਼ ਦਾ ਅਤੇ ਇੱਕ ਹੀ ਰੰਗ ਦਾ, ਪਰ ਚਿਹਰਾ ਅਲੱਗ ਹੋਗਾ, ਇਸ ਲਈ ਇੱਕ ਦੂਸਰੇ ਨੂੰ ਪਹਿਚਾਣ ਸਕਣਗੇ. ਸੋ ਇਸ ਲਈ ਸਾਡਾ ਜੋ ਸਰੀਰ ਹੈ, ਇਹ ਨਾਸ਼ਵਾਨ ਸਰੀਰ ਹੈ. ਸਾਡਾ ਇਹ ਸਰੀਰ ਖਤਮ ਹੋ ਜਾਏਗਾ, ਨਾਸ਼ਵਾਨ ਹੈ, ਮਿੱਟੀ ਤੋਂ ਆਇਆ, ਮਿੱਟੀ ਵਿੱਚ ਮਿਲ ਜਾਏਗਾ. ਪ੍ਰਭੂ ਨੇ ਮਿੱਟੀ ਤੋਂ ਸਾਡਾ ਸਰੀਰ ਬਣਾਇਆ, ਅਤੇ ਇਸ ਲਈ ਮਿੱਟੀ ਵਿੱਚ ਜਾਏਗਾ. ਆਤਮਾ ਪਰਮਾਤਮਾ ਕੋਲੋਂ ਆਇਆ,
इसलिए साड़ी आत्मा परमात्मा वल जाएगा, स्वर्ग वल जाएगा। शरीर मिट्टी तो आया, आत्मा परमेश्वर वलो आया। दोनों दे लई खुराक दी लोड़ है। साड़ा शरीर दी देखभाल दे लई, खुराक दे लई जमीन तो उगया या जमीन तो आया रोटी दी जरूरत है। आत्मा परमात्मा लो आया, इसलिए परमात्मा वालों आया आत्मा दी खुराक स्वर्ग तो आना है। इसलिए प्रभु यीशु मसीह ने कहा, मैं स्वर्ग तो उतरी रोटी हाँ। ये जानना बहुत जरूरी है मसीह विच मेरे प्यारे भाव तो भैनों। बाकी सारे शायद बोलते नहीं होंगे, पर ये प्रभु यीशु ने सानू सिखाया है। इसलिए पाक्षरागत लेना देखो कितना जरूरी है। बैलेंस रखने लिए असी अपना शरीर का खुराक लेना है, इसे तरह आत्मा की खुराक लेना है। प्रार्थना भवन टीवी चैनल ये आत्मा की खुराक दे लई बनाया है। आत्मा की खुराक, आत्मा की देखभाल दे लई, आत्मा की सहायता दे लई, मदद दे लई प्रार्थना भवन टीवी चैनल दे राही असी तुहाडे कोल आउंदे हां। इसलिए असी प्रार्थना भवन टीवी दे विच कोई एडवर्टाइजमेंट नहीं ले रहे कोई चीज़ आँदी, क्योंकि वो तुहानू और कहीं मिल सकता है। असी तुहानू वो चीज़ देना चाहते हाँ जो तुहानू दूजे जगह तो नहीं मिल सकता। ये है प्रार्थना भवन टीवी की खासियत। सो सोचिए कि शरीर की जरूरतों के लिए आत्मा की जरूरतों के लिए असी साड़ी समा की वंड किद्दा कीती है। ये इस तरह सोचना बहुत जरूरी है। बजटिंग करना, बजट करना, आमदन कितना है, खर्चा कितना है, इसे तरह साढ़े को समा किन्ना है शरीर दे जरूरतां दे लई, आत्मा दी जरूरतां दे लई, कितने समा सी रखना है, फैसला थोड़ा है, तुसी सोचना है। कई बंदे 10 मिनट प्रार्थना करने वाले भी है, कई आधा घंटा प्रार्थना करने वाले भी है, कई एक पूरा घंटा प्रार्थना करने वाले भी है, 3 घंटे भी प्रार्थना विच बैठने वाले भी है। मैं जो फादर मैथ्यू नाइक मरमल दे बारे सुनिया वो 6 घंटे एक दिन प्रार्थना कर दे, ये जरूरी है। सो इसे तरह तुसी सोचो, तुसी शीशे के सामने वॉल बनाने के लिए कितने समा निकाल दे हो। जिन्हों का वॉल नहीं है वो बिल्कुल ही शायद समा नहीं कढ़णगे, पर फिर भी अपना चेहरा थोड़ा सेट करने के लिए वो शीशे के सामने तो जरूर खड़े हो जाते। कई लोग सिर्फ 1 मिनट भी नहीं लिया, फटाफट वो अपना वॉल बना के निकल जाते, पर कई लोग 1 घंटे भी शीशे के सामने बैठ के अपना पूरा मेकअप करने के लिए समा निकालते हैं। ये गलत है या सच है मैं तो बोलने वाला नहीं हूँ, मैं सिर्फ ये बोलना चाहता हाँ, वंड सही करो। जो समा प्रभु ने दिता है उसका वंड सही ढंग नाल करो, न्याय करो। आत्मा दी चीज़ों के लिए समा रखो, इसे तरह शरीर दी चीज़ों के लिए भी, जरूरतों के लिए भी समा रखो। जो समा असी आत्मा दी जरूरतों के लिए रखांगे असी उसनों प्रार्थना दी समा रख सकते हैं। आत्मा दी जरूरतों के लिए सो जो समा अपा रखांगे असी उसनों प्रार्थना दी समा बोलांगे। सो प्रार्थना दे लिए कितना समा अपा रखना है 24 घंटे दे विचों। प्रार्थना दा समा दी खास मकसद पवित्र आत्मा नाल भरपूर होने लिए है, ये भी चंगी तरह समझ लो। प्रार्थना दे लई समा असी इसलिए रखते हाँ कि असी पवित्र आत्मा नाल भरपूर होना चाहते हाँ। पवित्र आत्मा दे नाल भरपूर होना साढ़े लिए फायदेमंद है, क्योंकि पवित्र आत्मा खुदा है। जो खुदा साढ़े अंदर आ जाता, साडा जो फैकल्टी है अंदर, जो ताकत है अंदर, वो बढ़ जाएगा, दिमाग दी ताकत बढ़ जाएगा। इसलिए असी पढ़ाई वास्ते बैठने के समय या कोई फैसला करने के समय पवित्र आत्मा दे लई प्रार्थना करते हाँ। पवित्र आत्मा रोशनी है, वो ताकत है। चेलें दा करतव पहला बापती 8 आयत विच लिखा है, जदों पवित्र आत्मा तुहाडे उत्ते उतरेगा तुहानू शक्ति मिलेगा, वो ताकत है, शक्ति है। सो रोज़ाना जिंदगी दे लई सानू जो शक्ति दी जरूरत है वो पवित्र आत्मा दी राखी सानू मिलेगा। इसलिए प्रार्थना दी सब तो पहला मकसद पवित्र आत्मा नाल भरपूर होंदा है, फिर साडी जिंदगी बदल जाएगा। जदों पवित्र आत्मा साढ़े अंदर आएगा तो बाकी साडी जिंदगी दे सारे कामां दे विच उहदा असर आएगा।
जो खाना असी खाते हाँ वो साढ़े लिए दवाई बन जाएगा, जहर नहीं बनेगा, वो दवाई जैसे बन जाएगा, ताकत आएगा। जो फैसला असी लेंदे हाँ उस दे रही सानू फल मिलेगा, जड़ा कम असी करते हाँ उस दे रही साड़ा नुकसान नहीं होगा, क्योंकि साढ़े अंदर पवित्र आत्मा है। वो कैसे आ गया? क्योंकि असी प्रार्थना दे समा रेखा प्रार्थना दे विच बैठा, प्रार्थना दे विच बैठने दे समय उसदे राही पवित्र आत्मा आ जाता है, साड़ा मन खुश हो जाता है। खुशी दे नाल जदों असी किसी दे नाल गल्ला करेंगे उन्हें भी खुशी मिलेगा, उन्हें भी फायदा मिलेगा। मतलब ये है साढ़े अंदर एक बारी पवित्र आत्मा आ गया प्रार्थना दे समा दे विच बैठने दे राही, वो साढ़े बाकी जिंदगी दे सारे खेत्रां दे विच उसका असर करेगा, अच्छा असर करेगा। इसलिए प्रार्थना दी सब तो पहला मकसद पवित्र आत्मा नाल भरपूर होने लिए है। मां मरियम कहती है जो तुसी प्रार्थना करोगे रोजरी पढ़ोगे मेरे नाल मेरे बेटे दे बारे प्रभु यीशु दे बारे गल्लां ध्यान विच रखते हुए प्रार्थना करना। रोजरी दी प्रार्थना दे विच सानू प्रोटेक्शन मिलता है, और सानू संभालेगा। सो हर दिन दी जो भी परेशानी है प्रॉब्लम्स है उस तो सानू प्रोटेक्शन मिलेगा प्रार्थना दे राही। इसलिए सवेरे ही असी प्रार्थना करना है, सवेरे प्रार्थना करके निकलना है। द प्रेयर्स ऑफ एवरी डे कैन प्रोटेक्ट यू फ्रॉम डेज प्रॉब्लम्स। रोजाना जिंदगी दी प्रॉब्लम्स तो साड़ी प्रार्थना सानू संभालेंगे, क्योंकि पवित्र आत्मा साढ़े अंदर आ जाता है। जिस दे अंदर पवित्र आत्मा कम करता है वो गलत फैसला नहीं लेंदे, ये भी जरूरी है ना। साड़ी जिंदगी दे विच हर वक्त असी फैसला लेना है, रोटी खाना है या नहीं खाना, जो सब्जी साढ़े सामने है इस दे विच असी केड़ा सब्जी लेना है, दुकान दे विच जाएगा तो बहुत सारी चीज़ आपां देख देखा इस दे विचों कोई चीज़ लेना या नहीं लेना, इस काम दे लई इस चीज़ दे लई इन्ना पैसा खर्च करना है या नहीं करना, इस तो भी ज़्यादा जरूरत है। फैसला करना बहुत जरूरी है, गलत फैसला हो गया तो जिंदगी दे विच नुकसान है। सो जिस दे अंदर पवित्र आत्मा कम करता है वो सही फैसला लेंगे, वो गलत फैसले तो दूर रहेगा। इसलिए साढ़े लिए बहुत जरूरी है कि असी रोज़ पवित्र आत्मा नाल भरपूर होने दे लई प्रार्थना करना। प्रार्थना दे विच असी प्रभु यीशु दे नाल संबंध रखने की कोशिश करते हैं, सानू पवित्र आत्मा प्रभु यीशु मसीह दे नाल जोड़ेंगे। प्रभु यीशु मसीह खुद खुदा है, पवित्र आत्मा खुद खुदा है, दोनों खुदा बाप तो निकला है, तो दोनों सानू बाप दे नाल मिला देंगे। पाक तसलीस, बाप बेटा ते रूपाक एक ही खुदा है, तीन शख्स है, सारे बराबर है, एको खुदा है, अलग नहीं कर सकता, पर तीन है इकट्ठे रहे हमेशा, अलग भी नहीं कर सकता। पाक तसलीस खुदा, बेटा तो पवित्र आत्मा बाप तो निकला है, उसका मतलब बेटा और रूपाक बाप तो घट हैं, वो भी नहीं बराबर है, बराबर है। ये एक भेद है, इसमें समझना जरूरी है, शायद मुश्किल है। पाक तसलीस खुदा। सो जो पवित्र आत्मा साढ़े अंदर आ जाता है सानू वो खुदा प्रभु यीशु मसीह जोड़नगे, इतने पवित्र आत्मा तो प्रभु यीशु मिलकर सानू खुदा बाप दे नाल जोड़ देंगे। इसलिए प्रभु यीशु मसीह कहते जो मैंने देखा है मेरा बाप ने देखा है। यूहन्ना दी अंजील उसका 14 बाप उसका 9 आयत विच लिखा है, प्रभु यीशु कहता है जिसने मेरे दर्शन किए हैं उसने पिता दे दर्शन किए हैं। देखो कितना सच की गल दसी, जिसने मेरा दर्शन किए हैं वो खुदा बाप का दर्शन देखा है, क्योंकि प्रभु यीशु अते खुदा बाप एक है। यूहन्ना दी 10 बाप दी 30 आयत विच भी लिखा है मैं अते पिता एक हाँ। तो ये ना सोचो कि प्रभु यीशु मसीह दे कोल जाने दे लई इत्थे जाना है, खुदा बाप दे कोल जाने दे लई और कहीं जाना है, ना ना वो किट्ठे है, जगह बदलने की कोई लोड़ नहीं है। जिथे प्रभु यीशु मसीह है उत्थे पवित्र आत्मा भी है, खुदा बाप भी है। इसलिए ये ना सोचो कि प्रभु यीशु मिलन दे लई असी चर्च जावांगे, खुदा बाप नूं मिलन दे लई और कहीं जावांगे, वो गलत है।
ਪ੍ਰਭੂ ਯਿਸੂ ਮਸੀਹ ਕਹਿੰਦੇ ਜੋ ਮੇਰਾ ਦਰਸ਼ਨ ਕੀਤਾ ਉਹ ਖੁਦਾ ਬਾਪ ਦਾ ਦਰਸ਼ਨ ਕੀਤਾ ਹੈ। ਸੋ ਸਾਡੇ ਲਈ ਇਹ ਕਾਫੀ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਜਾਈਏ, ਕਿਉਂਕਿ ਅਸੀਂ ਉਸ ਨੂੰ ਦੇਖ ਸਕਦੇ ਹਾਂ। ਖੁਦਾ ਬਾਪ ਦਾ ਫੋਟੋ ਨਹੀਂ ਹੈ, ਪਵਿੱਤਰ ਆਤਮਾ ਦਾ ਵੀ ਫੋਟੋ ਨਹੀਂ ਹੈ। ਕਾਰਨ ਕੀ ਹੈ? ਕਾਰਨ ਦੋਨੋਂ ਮਨੁੱਖ ਨਹੀਂ ਬਣੀਆਂ, ਸਿਰਫ ਪ੍ਰਭੂ ਯਿਸੂ ਮਸੀਹ ਮਨੁੱਖ ਬਣਿਆ ਹੈ। ਇਸ ਲਈ ਪ੍ਰਭੂ ਯਿਸੂ ਦਾ ਮਨੁੱਖੀ ਰੂਪ ਹੈ, ਫੋਟੋ ਹੈ, ਖੁਦਾ ਬਾਪ ਦਾ ਫੋਟੋ ਨਹੀਂ ਹੈ, ਪਵਿੱਤਰ ਆਤਮਾ ਦੀ ਵੀ ਫੋਟੋ ਨਹੀਂ ਹੈ। ਹਾਂ, ਅਸੀਂ ਪਵਿੱਤਰ ਆਤਮਾ ਨੂੰ ਇੱਕ ਕਬੂਤਰ ਦੀ ਰੂਪ, ਕਿਉਂਕਿ ਬਾਈਬਲ ਦੇ ਵਿੱਚ ਲਿਖਾ ਗਿਆ ਕਿ ਕਬੂਤਰ ਦੇ ਰੂਪ ਵਿੱਚ ਪ੍ਰਭੂ ਯਿਸੂ ਮਸੀਹ ਦੇ ਉੱਤੇ ਪਵਿੱਤਰ ਆਤਮਾ ਆਇਆ, ਪਰ ਚੇਲਿਆਂ ਦੇ ਉੱਤੇ ਕਬੂਤਰ ਦੇ ਰੂਪ ਵਿੱਚ ਨਹੀਂ ਆਇਆ, ਅੱਗ ਦੇ ਰੂਪ ਵਿੱਚ ਆਇਆ। ਔਰ ਕਹੀਂ ਅਸੀਂ ਹਵਾ ਦੇ ਰੂਪ ਵਿੱਚ ਵੀ ਦੇਖਦੇ। ਸੋ ਖਾਸ ਰੂਪ ਨਹੀਂ ਹੈ, ਕੋਈ ਪੱਕਾ ਅਸੀਂ ਬੋਲ ਨਹੀਂ ਸਕਦੇ, ਪਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਐਸਾ ਨਹੀਂ ਹੈ। ਪ੍ਰਭੂ ਯਿਸੂ ਮਸੀਹ ਦਾ ਰੂਪ ਹੈ, ਮਨੁੱਖ ਹੈ, ਮਨੁੱਖ ਬਣਿਆ, ਇਸ ਲਈ ਫੋਟੋ ਹੈ, ਮਨੁੱਖੀ ਰੂਪ ਹੈ, ਅਸੀਂ ਪ੍ਰਭੂ ਯਿਸੂ ਮਸੀਹ ਨੂੰ ਪਹਿਚਾਣ ਸਕਦੇ ਹਾਂ। ਇਸ ਲਈ ਪ੍ਰਭੂ ਯਿਸੂ ਮਸੀਹ ਕਹਿੰਦਾ ਜੋ ਮੇਰਾ ਦਰਸ਼ਨ ਕੀਤਾ ਹੈ, ਖੁਦਾ ਦਾ ਦਰਸ਼ਨ ਕੀਤਾ ਹੈ, ਬਾਪ ਦਾ ਦਰਸ਼ਨ ਕੀਤਾ ਹੈ। ਇਸ ਲਈ ਅਸੀਂ ਕਿੱਥੇ ਜਾਣਾ ਹੈ? ਪ੍ਰਭੂ ਯਿਸੂ ਮਸੀਹ ਦੇ ਕੋਲ ਜਾਣਾ ਹੈ, ਕਿਉਂਕਿ ਉੱਥੇ ਪਵਿੱਤਰ ਆਤਮਾ ਵੀ ਹੈ, ਖੁਦਾ ਵੀ ਹੈ। ਸੋ ਕੋਈ ਵੀ ਇਨਸਾਨ ਜਦੋਂ ਪ੍ਰਾਰਥਨਾ ਵਿੱਚ ਬੈਠਣਗੇ, ਉਹ ਆਪਣਾ ਮਨ ਦੇ ਵਿੱਚ ਕਿਸ ਨੂੰ ਵੇਖਣ ਦੀ ਕੋਸ਼ਿਸ਼ ਕਰਨਾ ਹੈ? ਪ੍ਰਭੂ ਯਿਸੂ ਮਸੀਹ ਨੂੰ ਵੇਖਣ ਦੀ ਕੋਸ਼ਿਸ਼ ਕਰਨਾ ਹੈ, ਹੋਰ ਕਿਸੇ ਨਹੀਂ। ਨਾਮ ਜਪਣਾ ਹੈ, ਕਿਸ ਦਾ ਨਾਮ ਜਪਣਾ ਹੈ? ਪ੍ਰਭੂ ਯਿਸੂ ਦਾ ਨਾਮ ਜਪਣਾ ਹੈ, ਉਸਦੇ ਨਾਮ ਦੇ ਵਿੱਚ ਮੁਕਤੀ ਹੈ, ਪ੍ਰਭੂ ਯਿਸੂ ਦੇ ਨਾਮ ਵਿੱਚ ਮੁਕਤੀ ਹੈ। ਇਸ ਲਈ ਪ੍ਰਭੂ ਯਿਸੂ ਦਾ ਨਾਮ ਲੈਣਾ, ਉਸਦੇ ਰਾਹੀਂ ਖੁਦਾ ਦੀ ਸ਼ਕਤੀ ਸਾਨੂੰ ਮਿਲੇਗਾ, ਸ਼ੈਤਾਨੀ ਤਾਕਤ ਦੇ ਅਸਰ ਜੋ ਸਾਡੇ ਉੱਤੇ ਹੈ ਉਹ ਖਤਮ ਹੋ ਜਾਏਗਾ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਪ੍ਰਤਪਨ, ਇਹ ਸਾਰੀਆਂ ਗੱਲਾਂ ਮੈਂ ਹੁਣ ਇਸੇ ਤਰ੍ਹਾਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਕਰਕੇ ਇਸ ਲਈ ਬੋਲਦਾ ਹਾਂ ਤਾਂ ਜੋ ਤੁਹਾਨੂੰ ਪਤਾ ਲੱਗੇ ਪ੍ਰਾਰਥਨਾ ਦੇ ਵਿੱਚ ਸਮਾਂ ਕਿੱਦਾਂ ਖਰਚ ਕਰਨਾ ਹੈ। ਪ੍ਰਭੂ ਯਿਸੂ ਦੇ ਕੋਲ ਜਾਣਾ ਹੈ, ਪਰ ਸਾਨੂੰ ਪ੍ਰਭੂ ਯਿਸੂ ਦੇ ਨਾਲ ਜੋੜਨ ਵਾਲਾ ਪਵਿੱਤਰ ਆਤਮਾ ਹੈ। ਪਵਿੱਤਰ ਆਤਮਾ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜ ਕਰ, ਦੋਨੋਂ ਮਿਲਕਰ ਸਾਨੂੰ ਖੁਦਾ ਬਾਪ ਦੇ ਕੋਲ ਲੈ ਜਾਂਦਾ ਹੈ। ਮਤਲਬ ਸਭ ਚੀਜ਼ਾਂ ਇੱਕੋ ਥਾਂ 'ਤੇ ਇੱਕੋ ਟਾਈਮ ਵੀ ਹੋ ਸਕਦਾ ਹੈ। ਇਹ ਨਾ ਸੋਚ ਪਹਿਲਾਂ ਪ੍ਰਭੂ ਯਿਸੂ ਮਸੀਹ, ਉਸਦੇ ਬਾਅਦ ਪਵਿੱਤਰ ਆਤਮਾ, ਉਸਦੇ ਬਾਅਦ ਖੁਦਾ ਬਾਪ। ਨਹੀਂ, ਬੋਲਣ ਦੇ ਵਕਤ ਇਸੇ ਤਰ੍ਹਾਂ ਟਾਈਮ ਲਗਾ ਕੇ ਬੋਲ, ਪਰ ਹੁੰਦਾ ਇੱਕਦਮ ਹੈ, ਇਕੱਠੇ ਹੁੰਦਾ। ਜਿਵੇਂ ਕਿ ਹੁਣ ਮੈਂ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ, ਹੁਣ ਉਸਦੇ ਬਾਅਦ ਹੁਣ ਵਾਰੀ ਹੈ ਖੁਦਾ ਨੂੰ ਵੇਖਣ ਦਾ, ਉਹ ਨਹੀਂ ਇਕੱਠੇ ਹੁੰਦਾ ਹੈ ਇਕਦਮ ਉਸੇ ਸਮੇਂ। ਟਾਈਮ ਦਾ ਵੀ ਕੋਈ ਗੱਪ ਨਹੀਂ ਹੈ। ਜਿਸ ਵੇਲੇ ਪਵਿੱਤਰ ਆਤਮਾ ਸਾਡੇ ਅੰਦਰ ਆਏਗਾ, ਉਸੇ ਸਮੇਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜ ਜਾਂਦਾ, ਉਸੇ ਸਮੇਂ ਖੁਦਾ ਬਾਪ ਦੇ ਨਾਲ ਵੀ ਜੁੜ ਜਾਂਦਾ, ਇਕੱਠੇ ਹੁੰਦਾ ਹੈ। ਇਸ ਦੇ ਸਮਾਂ ਅਲੱਗ ਅਲੱਗ ਸਮਾਂ ਨਹੀਂ ਹੁੰਦਾ, ਅਲੱਗ ਅਲੱਗ ਜਗ੍ਹਾ ਵੀ ਨਹੀਂ ਹੈ, ਇਕੱਠੇ ਇੱਕੋ ਥਾਂ 'ਤੇ। ਸੋ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਾਂਗੇ, ਇਹ ਤਿੰਨੋਂ ਚੀਜ਼ ਇੱਕਦਮ ਹੁੰਦਾ ਹੈ, ਸਾਡੀ ਆਤਮਾ ਯਿਸੂ ਦੇ ਨਾਲ ਵੀ, ਪਵਿੱਤਰ ਆਤਮਾ ਦੇ ਨਾਲ ਵੀ, ਖੁਦਾ ਬਾਪ ਦੇ ਨਾਲ ਵੀ ਜੁੜ ਜਾਂਦਾ। ਇਸ ਤੋਂ ਵੱਡੀ ਗੱਲ ਕੀ ਹੈ? ਕੁਛ ਵੀ ਨਹੀਂ। ਸੋ ਸਾਡੀ ਆਤਮਾ ਦੀ ਖੁਰਾਕ ਦੇ ਲਈ, ਆਤਮਾ ਦੀ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਜੋ ਸਮਾਂ ਅਸੀਂ ਖਰਚ ਕਰਾਂਗੇ, ਉਹ ਸਮਾਂ ਪ੍ਰਾਰਥਨਾ ਦਾ ਸਮਾਂ ਹੈ। ਪ੍ਰਾਰਥਨਾ ਦੇ ਵਿੱਚ ਅਸੀਂ ਆਪਣੇ ਆਤਮਾ ਨੂੰ ਪ੍ਰਭੂ ਦੇ ਨਾਲ ਜੋੜ ਦਿੰਦੇ ਹਾਂ। ਤੋ ਸਾਡੀ ਜ਼ਿੰਦਗੀ ਦੀ ਜੋ ਵੀ ਪ੍ਰੋਬਲਮਸ ਹੈ ਉਹ ਸਭ ਆਪਣੇ ਆਪ ਖਤਮ ਹੋ ਜਾਏਗਾ। ਹੁਣ ਤੁਸੀਂ ਬੈਠੇ ਹੋ, ਮੇਰਾ ਪ੍ਰਚਾਰ ਸੁਣਦੇ ਹੋ, ਤੁਹਾਡਾ ਮਨ ਦੇ ਵਿੱਚ ਜੋ ਵੀ ਪਰੇਸ਼ਾਨੀ ਹੈ ਹੌਲੀ ਹੌਲੀ ਨਿਕਲਣਾ ਸ਼ੁਰੂ ਹੋ ਗਿਆ ਹੋਗਾ। ਪ੍ਰਾਰਥਨਾ ਦੇ ਬਾਰੇ ਇਸ ਵਕਤ ਜਦੋਂ ਮੈਂ ਬੋਲਦਾ ਹਾਂ, ਖੁਦਾ ਬਾਪ ਦੇ ਬਾਰੇ ਮੈਂ ਕੁਛ ਗੱਲਾਂ ਦੱਸੀਆਂ, ਪਵਿੱਤਰ ਆਤਮਾ ਦੇ ਬਾਰੇ ਕੁਛ ਗੱਲਾਂ ਦੱਸੀਆਂ, ਇਸ ਵਕਤ ਉਹ ਤੁਹਾਨੂੰ ਹੌਸਲਾ ਦੇ ਰਿਹਾ ਹੈ, ਤੁਹਾਡੇ ਸਰੀਰ ਦੇ ਉੱਤੇ ਅਸਰ ਹੋ ਰਿਹਾ ਹੈ। ਦੇਖ ਲਓ ਜੋ ਬਿਮਾਰ ਹੈ, ਦੇਖੋ ਕਿ ਤੁਹਾਡਾ ਉਸ ਬਿਮਾਰੀ ਤੋਂ ਤੁਹਾਨੂੰ ਛੁਟਕਾਰਾ ਮਿਲ ਰਿਹਾ ਹੈ ਜਾਂ ਨਹੀਂ। ਜੇਕਰ ਤੁਹਾਨੂੰ ਬਿਮਾਰੀ ਤੋਂ ਛੁਟਕਾਰਾ ਮਿਲ ਗਿਆ, ਪ੍ਰਾਰਥਨਾ ਭਵਨ ਰਿਟਰੀਟ ਸੈਂਟਰ ਦੇ ਵਿੱਚ ਜਾ ਕੇ ਗਵਾਹੀ ਦਿਉ, ਜਾਗਰਣ ਦੇ ਵਿੱਚ ਜਾ ਕੇ ਗਵਾਹੀ ਦਿਉ, ਕਿਉਂਕਿ ਉੱਥੇ ਉਹ ਗਵਾਹੀ ਪ੍ਰਾਰਥਨਾ ਭਵਨ ਟੀਵੀ ਦੇ ਰਾਹੀਂ ਲਿਆ ਜਾਂਦਾ ਹੈ। ਉਸਦੇ ਬਾਅਦ ਜਦੋਂ ਪ੍ਰਸਾਰਣ ਕਰਾਂਗੇ, ਬਾਕੀ ਸਾਰੇ ਲੋਕਾਂ ਨੂੰ ਵੀ ਤੁਹਾਡਾ ਗਵਾਹੀ ਮਿਲ ਸਕਦਾ ਹੈ। ਜਦੋਂ ਵੀ ਤੁਹਾਨੂੰ ਗਵਾਹੀ ਮਿਲ ਗਿਆ ਹੈ, ਚੰਗਾਈ ਮਿਲ ਗਿਆ ਹੈ, ਬਰਕਤ ਮਿਲ ਗਿਆ ਹੈ, ਗਵਾਹੀ ਦੇਣਾ ਚਾਹੁੰਦੇ ਹੋ, ਪ੍ਰਾਰਥਨਾ ਭਵਨ ਟੀਵੀ ਦੇ ਵਿੱਚ ਦੇਣਾ ਹੈ, ਉਸਦੇ ਲਈ ਮੱਛੀਆਂ ਖੁਰਦ ਜਾ ਕੇ ਜਾਗਰਣ ਦੇ ਵਿੱਚ ਜਾ ਕੇ ਤੁਸੀਂ ਗਵਾਹੀ ਦਿਉ। ਸਾਡਾ ਸਿਸਟਮ ਇਹ ਹੋਗਾ, ਔਰ ਕਹੀਂ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਜਾਗਰਣ ਦੇ ਵਿੱਚ ਪ੍ਰਾਰਥਨਾ ਭਵਨ ਰਿਟਰੀਟ ਸੈਂਟਰ ਜੋ ਮੱਛੀਆਂ ਖੁਰਦ ਹੈ, ਜਿਸ ਦਾ ਇੰਚਾਰਜ ਫਾਦਰ ਅਗਿਨ ਹੈ, ਉਹਦੇ ਕੋਲ ਜਾ ਕੇ ਦੱਸਿਓ ਅਤੇ ਉਸਦਾ ਪ੍ਰਸਾਰਣ ਵੀ ਹੋਵੇਗਾ। ਸੋ ਇਸ ਵਕਤ ਤੁਸੀਂ ਮਹਿਸੂਸ ਕਰੋ
ਕਿ ਤੁਹਾਨੂੰ ਕੀ ਬਰਕਤ ਮਿਲ ਰਿਹਾ ਹੈ ਇਸ ਵਕਤ ਤੁਸੀਂ ਉਸ ਵਕਤ ਪ੍ਰਾਰਥਨਾ ਦੇ ਵਿੱਚ ਬੈਠੇ ਹੋ। ਪ੍ਰਾਰਥਨਾ ਭਵਨ ਟੀ ਵੀ ਦੇ ਸਾਹਮਣੇ ਤੁਸੀਂ ਜਦੋਂ ਬੈਠੋਗੇ ਅਤੇ ਇਸੇ ਤਰ੍ਹਾਂ ਦਾ ਪ੍ਰਚਾਰ ਤੁਸੀਂ ਸੁਣੋਗੇ, ਤੁਹਾਡੇ ਲਈ ਉਹ ਪ੍ਰਾਰਥਨਾ ਹੈ। ਸ਼ਾਇਦ ਤੁਸੀਂ ਰੋਜ਼ਰੀ ਦੇ ਲਈ ਬੈਠਾ, ਪਾਕਮਾਸ ਦੀ ਗੁਰਬਾਣੀ ਦੇ ਲਈ ਵੀ ਬੈਠਾ, ਬਾਈਬਲ ਪੜ੍ਹਨ ਦੇ ਲਈ ਵੀ ਬੈਠਾ। ਇਸੇ ਤਰ੍ਹਾਂ ਪ੍ਰਾਰਥਨਾ ਭਵਨ ਟੀ ਵੀ ਦੇ ਰਾਹੀਂ ਜੋ ਖੁਦਾ ਦੀਆਂ ਗੱਲਾਂ ਤੁਸੀਂ ਸਿੱਖਦੇ ਹੋ, ਉਹ ਸਮਾਂ ਵੀ ਬਾਕੀ ਸਮਾਂ ਦੇ ਨਾਲ ਜੋੜ ਕੇ ਦੇਖੋ, ਸਾਰਾ ਪਾਕਰ ਇੱਕ ਦਿਨ ਦੇ ਵਿੱਚ ਕਿਤਨੇ ਸਮਾਂ ਤੁਸੀਂ ਪ੍ਰਾਰਥਨਾ ਦੇ ਲਈ ਰੱਖੇ ਹੋ, ਉਸ ਦੇ ਮੁਤਾਬਕ ਤੁਹਾਨੂੰ ਖੁਦਾ ਦੀ ਆਸ਼ੀਸ ਮਿਲੇਗਾ। ਸਾਡੇ ਕਾਫੀ ਲੋਕ ਗਰੀਬ ਲੋਕ ਹੈ, ਅਨਪੜ੍ਹ ਲੋਕ ਵੀ ਹੈ, ਜੋ ਪੜ੍ਹੇ ਲਿਖੇ ਨਹੀਂ ਹੈ, ਪੜ੍ਹਨਾ ਨਹੀਂ ਆਉਂਦਾ, ਸ਼ਾਇਦ ਉਹਨਾਂ ਨੂੰ ਪ੍ਰਾਰਥਨਾ ਵੀ ਕਰਨਾ ਨਹੀਂ ਆਉਂਦਾ। ਉਹਨਾਂ ਦੇ ਸਹਾਰਾ ਦੇ ਲਈ ਪ੍ਰਾਰਥਨਾ ਭਵਨ ਟੀ ਵੀ ਹੈ, ਉਹਨਾਂ ਨੂੰ ਮਦਦ ਕਰਨ ਦੇ ਲਈ ਪ੍ਰਾਰਥਨਾ ਭਵਨ ਟੀ ਵੀ ਹੈ। ਸ਼ਾਇਦ ਤੁਹਾਡੇ ਲਈ ਇੱਕ ਚਰਚ ਜਾਣ ਵਾਸਤੇ ਬਹੁਤ ਦੂਰ ਹੋਗਾ, ਪੈਸਾ ਖਰਚ ਕਰਨਾ ਹੋਗਾ, ਤੁਹਾਡੇ ਕੋਲ ਇੰਨਾ ਪੈਸਾ ਨਹੀਂ ਹੈ, ਪਾਕ ਮਾਸ ਦੀ ਕੁਰਬਾਨੀ ਤੁਸੀਂ ਕੈਸੇ ਸੁਣੋਗੇ। ਜੇਕਰ ਮੁਸ਼ਕਿਲ ਹੈ, ਕੋਈ ਗੱਲ ਨਹੀਂ, ਪ੍ਰਾਰਥਨਾ ਭਵਨ ਟੀ ਵੀ ਤੁਹਾਡੇ ਲਈ ਇੱਕ ਸਹਾਰਾ ਹੋਗਾ। ਪ੍ਰਚਾਰ ਸੁਣਨ ਦੇ ਲਈ, ਅੱਛੇ ਅੱਛੇ ਪ੍ਰਚਾਰ ਸੁਣਨ ਦੇ ਲਈ, ਦੂਰ ਦੂਰ ਜਾਣ ਦੇ ਲਈ ਤੁਹਾਡੇ ਕੋਲ ਮੌਕਾ ਨਹੀਂ ਹੈ, ਕੋਈ ਬਾਤ ਨਹੀਂ, ਕਲਾਮ ਦਾ ਪ੍ਰਚਾਰ ਤੁਹਾਡਾ ਘਰ ਆਉਂਦਾ ਹੈ ਪ੍ਰਾਰਥਨਾ ਭਵਨ ਟੀ ਵੀ ਦੇ ਰਾਹੀਂ। ਮਸੀਹ ਵਿੱਚ ਮੇਰੇ ਪਿਆਰੇ ਪ੍ਰਾਪਤ ਬਣੋ, ਖੁਦਾ ਦਾ ਸ਼ੁਕਰਗੁਜ਼ਾਰੀ ਕਰੀਏ ਕਿ ਖੁਦਾ ਨੇ ਸਾਨੂੰ ਪ੍ਰਾਰਥਨਾ ਦੇ ਲਈ ਬੁਲਾ ਰਿਹਾ ਹੈ। ਪ੍ਰਾਰਥਨਾ ਦੇ ਰਾਹੀਂ ਪ੍ਰਭੂ ਸਾਡੀ ਜ਼ਿੰਦਗੀ ਨੂੰ ਬਦਲੇਗਾ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਦਾ ਦੀ ਆਸ਼ੀਸ ਵੀ ਆਵੇਗਾ। ਬਾਣੀ ਵਿੱਚ ਇੱਕ ਗੱਲ ਲਿਖਾ ਹੈ, ਜ਼ਬੂਰ 34 ਬਾਬ ਪਹਿਲਾ ਅਤੇ ਦੂਸਰਾ ਐਤ, ਮੈਂ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਾਂਗਾ। ਪ੍ਰਭੂ ਦਾ ਧੰਨਵਾਦ ਕਰੋ ਹਮੇਸ਼ਾ। ਜੋ ਸਮਾਂ ਤੁਸੀਂ ਪ੍ਰਭੂ ਦਾ ਧੰਨਵਾਦ ਕਰਨ ਦੇ ਲਈ ਖਰਚਦੇ ਹੋ, ਉਹ ਪ੍ਰਾਰਥਨਾ ਹੈ ਤੁਹਾਡੇ ਲਈ, ਉਹ ਪ੍ਰਾਰਥਨਾ ਦਾ ਸਮਾਂ ਹੈ, ਉਹ ਅਲੱਗ ਸਮਾਂ ਨਹੀਂ ਹੈ, ਉਹ ਪ੍ਰਾਰਥਨਾ ਦਾ ਸਮਾਂ ਹੈ। ਮੈਂ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਾਂਗਾ, ਮੇਰਾ ਮੂੰਹ ਸਦਾ ਉਸਦੀ ਮਹਿਮਾ ਕਰੇਗਾ। ਹਰੇਕ ਮੇਰੇ ਭਾਈਓ ਬਹਿਣੋ, ਭਰਾਓ ਅਤੇ ਭੈਣੋ, ਮਾਈ ਬ੍ਰਦਰਸ ਐਂਡ ਸਿਸਟਰਸ, ਧਿਆਨ ਨਾਲ ਸੁਣੋ, ਆਪਣੇ ਮੂੰਹੋਂ ਰਾਹੀਂ ਖੁਦਾ ਦੀ ਮਹਿਮਾ ਕਰਨਾ ਹੈ, ਮੂੰਹ ਖੋਲ੍ਹਣਾ ਹੈ। ਕਈ ਲੋਕ ਖੁਦਾ ਦੀ ਆਰਾਧਨਾ ਕਰਨ ਦੇ ਲਈ, ਸਤੁਤੀ ਕਰਨ ਦੇ ਲਈ, ਹਾਲੇਲੂਇਆ ਬੋਲਣ ਦੇ ਲਈ ਮੂੰਹ ਨਹੀਂ ਖੋਲ੍ਹਦਾ, ਸ਼ਰਮ ਮਹਿਸੂਸ ਕਰਦਾ ਹੈ। ਵਚਨ ਦੇ ਵਿੱਚ ਲਿਖਾ ਹੈ, ਮੈਂ ਹਮੇਸ਼ਾ ਪ੍ਰਭੂ ਦਾ ਧੰਨਵਾਦ ਕਰਾਂਗਾ, ਮੇਰਾ ਮੂੰਹ ਸਦਾ ਉਸਦੀ ਮਹਿਮਾ ਕਰੇਗਾ, ਮੇਰਾ ਮਨ ਹਮੇਸ਼ਾ ਉਸਦੀ ਵਡਿਆਈ ਕਰੇਗਾ। ਕਈ ਲੋਕ ਬੋਲੇਗਾ, ਇਹ ਆਪਣਾ ਸਿਰਫ ਮੂੰਹ ਦੇ ਰਾਹੀਂ ਪ੍ਰਭੂ ਦੀ ਮਹਿਮਾ ਕਰਦਾ ਹੈ। ਬਾਣੀ ਸਾਨੂੰ ਸਮਝਾਉਂਦਾ ਹੈ, ਸਿਰਫ ਆਪਣੀ ਮੂੰਹ ਨਹੀਂ, ਆਪਣਾ ਮਨ ਵੀ, ਮੇਰਾ ਮਨ ਹਮੇਸ਼ਾ ਉਸਦੀ ਵਡਿਆਈ ਕਰੇਗਾ, ਕਿ ਸਭ ਦੁਖੀਆਰੇ ਇਹ ਸੁਣਨ ਅਤੇ ਆਨੰਦਿਤ ਹੋਣ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਪ੍ਰਭੂ ਦਾ ਧੰਨਵਾਦ ਕਰਨਾ, ਪ੍ਰਭੂ ਦੀ ਮਹਿਮਾ ਕਰਨਾ ਸਾਡੇ ਲਈ ਪ੍ਰਾਰਥਨਾ ਹੈ। ਕਈ ਲੋਕ ਇਨਕਾਰ ਕਰੇਗੇ, ਮੈਨੇ ਨਹੀਂ ਕਰਨਾ। ਉਹਨਾਂ ਲੋਕਾਂ ਦੇ ਬਾਰੇ ਬਾਣੀ ਵਿੱਚ ਕੀ ਲਿਖਾ ਹੈ, ਰੋਮਿਆਂ ਦੇ ਪੱਤਰ ਉਸਦਾ ਪਹਿਲਾ ਬਾਪ ਦਾ 21 ਸੱਤ ਵਿੱਚ ਲਿਖਿਆ, ਉਹਨਾਂ ਨੇ ਪਰਮੇਸ਼ਵਰ ਨੂੰ ਜਾਣਦੀਆਂ ਹੋਈਆਂ ਵੀ ਉਸ ਨੂੰ ਉਹ ਆਦਰ ਨਾ ਦਿੱਤਾ ਜੋ ਉਸਦਾ ਬਣਦਾ ਸੀ, ਅਤੇ ਨਾ ਹੀ ਉਹਨਾਂ ਉਸਦਾ ਧੰਨਵਾਦ ਕੀਤਾ। ਫਿਰ ਕਿਆ ਹੋ ਗਿਆ? ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ ਅਤੇ ਉਹਨਾਂ ਦੇ ਖਾਲੀ ਮਨ ਹਨੇਰੇ ਹੋ ਗਏ ਹਨ, ਨੁਕਸਾਨ ਹੋ ਗਿਆ। ਸੋ ਜੋ ਮਨ ਪਰਮੇਸ਼ਵਰ ਦਾ, ਪ੍ਰਭੂ ਦਾ ਵਡਿਆਈ, ਮਹਿਮਾ ਅਤੇ ਧੰਨਵਾਦ ਨਹੀਂ ਕਰਦਾ, ਉਹ ਹਨੇਰੇ ਦੇ ਨਾਲ ਭਰ ਜਾਏਗਾ। ਮਨ ਦੇ ਵਿੱਚ ਹਨੇਰਾ ਆ ਗਿਆ ਤੋ ਫੈਸਲਾ ਗਲਤ, ਸੋਚ ਵੀ ਗਲਤ, ਬਹੁਤ ਕੁਛ। ਫਿਰ ਉਹਨਾਂ ਦਾ ਜ਼ਿੰਦਗੀ ਕਿਸ ਤਰ੍ਹਾਂ ਦਾ ਹੋ ਜਾਂਦਾ? ਉਹਨਾਂ ਨੇ ਆਪਣੇ ਆਪ ਨੂੰ ਸਮਝਦਾਰ ਜਾਣਿਆ ਪਰ ਉਹ ਮੂਰਖ ਸਿੱਧ ਹੋਏ। ਉਹ ਆਪਣੇ ਆਪ ਨੂੰ ਬੜਾ ਸਮਝਦਾਰ ਸਮਝਣਗੇ, ਮੰਨਣਗੇ, ਪਰ ਅਸਲ ਦੇ ਵਿੱਚ ਉਹ ਮੂਰਖ ਦੀ ਤਰ੍ਹਾਂ ਜੀਏਗਾ, ਮੂਰਖ ਦੀ ਤਰ੍ਹਾਂ ਬੋਲਣਗੇ। ਕਿਉਂ? ਕਿਉਂਕਿ ਉਹ ਖੁਦਾ ਦੀ ਮਹਿਮਾ ਕਰਨ ਤੋਂ ਇਨਕਾਰ ਕੀਤਾ, ਜਾਣਦੇ ਹੋਏ ਵੀ ਅਸੀਂ ਉਹਨਾਂ ਦੀ ਗਿਣਤੀ ਦੇ ਵਿੱਚ ਨਾ ਆਵੇ। ਅਸੀਂ ਇਸ ਤਰ੍ਹਾਂ ਦਾ ਪਰਮੇਸ਼ੁਰ ਦਾ ਸੰਤਾਨ ਬਣੀਏ ਜੋ ਰੋਜ਼ ਪ੍ਰਾਰਥਨਾ ਦੇ ਲਈ ਸਮਾਂ ਰੱਖਦੇ ਹਨ, ਪ੍ਰਭੂ ਦੇ ਨਾਲ ਬੈਠਣਾ ਪਸੰਦ ਕਰਦੇ ਹਨ। ਮਸੀਹ ਵਿੱਚ ਮੇਰੇ ਪਿਆਰੇ ਪ੍ਰਾਪਤ ਪੈਣੋ, ਸਵਰਗ ਰਾਜ ਦੇ ਵਿੱਚ ਫਰਿਸ਼ਤੇ
ते संता हमेशा खुदा दी महिमा कर रहे हैं। प्रकाश की पोथी उसका 19 बाप दा पहला ऐत, इस दे पिछों मैं सुरग तो आवाज सुनी जो एक वड्डी पीड़ दी उच्ची आवाज वर्गी सी, जो ये कह रही सी अल्लेलुया मुक्ति महिमा अते बल साडे परमेश्वर दा है। देखो फरिश्ते ते संता कैसे प्रभु दी महिमा करदे हैं, साडे लिए एक नमूना है, असी इसे तरीका वर्त के प्रभु दी महिमा कर सकते हाँ अते उस दी बरकत हासिल कर सकते हाँ। प्रकाश दी पोथी 19 बाब दी पहला आयत ये है ते छेवा आयत ये है, तद मैं एक होर उच्ची आवाज़ सुनी जो एक वड्डी पीड़ दी बहुत सारे पानिया अते गर्जना दी आवाज़ वर्गी लग रही सी अते जो कह रही सी अल्लेलुया क्योंकि साडा सर्वशक्तिमान प्रभु परमेश्वर राज करदा है। खुदा दी महिमा करन दा मतलब ये है, खुदा दी वडियाई करन दा तरीका ये है। इसलिए मसीह विच मेरे प्यारे भाउ ते भैणों, प्रार्थना भवन टीवी दे राखी सानू हमेशा प्रभु अपने नाल जोड़न की कोशिश करता है। ये टीवी चैनल साडे लिए एक प्रभु का वरदान है, प्रभु का सचमुच प्रभु का वरदान है, चमत्कार है कि खुदा का वचन साढ़े घर तक पहुँचता है। अच्छा जो वचन तुहानू प्रार्थना भवन टीवी दे राखी बाइबल तो मिलता है, तुसीं की करना चाहिए है उसनों अपना मन के दोहराना। जो व्यक्ति अपना मन के खुदा का वचन दोहराउणगे उन्होंने मुक्ति मिलेगा। जादू टोने का असर तुम शैतानी हमले तुम प्रभु सानू मुक्ति देवेगा। इसलिए इस समय तुसी प्रभु का धन्यवाद करते हुए अपने शरीर नू अपना मन नू प्रभु के हवाले विच छड़ दियो, प्रभु नू तुहाडे उत्ते असर करन दियो, प्रभु की शक्ति नू तुहाडे उत्ते आउण दियो, महसूस करो की बरकत तुहानू मिलदी है अते उस दी महिमा करो। प्रभु तुहानू चंगाई दे रहा है, विश्वास करो अते स्वीकार करो। तुहानू प्रभु येसु बरकत दे रहा है, मन दे विच जो परेशानी है उस तो प्रभु तुहानू छुटकारा दे रहा है। इस वक्त जो पवित्र वचन सुन रहा है जिन्हां दे शरीर दे उत्ते कोई रंग दा बीमारी, स्किन दा कोई डिसीज़, कोई प्रॉब्लम है, प्रभु तुहानू अज दे इस प्रचार दे राखे चंगाई दे रहा है। महसूस करो जेकर तुहाडे उत्ते इसे तरह दे कोई परेशानी है, बरकत मिल गया तुहानू महसूस हो गया तो अगला जागरण दे विच जाके गवाही दो तां जो असी प्रभु दी महिमा कर सके, असी लोगों को ये दस सके कि प्रभु येसु राज करता है इस दुनिया उत्ते, वो राज करता है ये कह सके। आओ असी प्रभु का धन्यवाद करते हुए खुदा दे के प्रार्थना करिए। ए सर्वशक्तिमान पिता परमेश्वर अज दा इस प्रचार सुनिए सब लोगों को अपने आशीषां नाल मालामाल कर, रोज़ तुहाडा समा प्रार्थना दे विच बैठ कर अपने आप ने पवित्र आत्मा प्रभु येसु खुदा बाप दे नाल जोड़न दे लई हिम्मत दे, बरकत दे अते उन्हां नू हमेशा हे प्यारे खुदा हर तरह की बीमारी बुराई अते खतरे तो बचा के रख। असी मंगदे हां अपने प्रभु येसु मसीह दे राखी आमेन। हाथ जोड़ दीजिए, पूरी कुदरत वाला खुदा बाप अते बेटा अते रूह पाक तुहानू सारियां नू आशीष दे। आमेन। जय सुखी।